ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕੇ ਆਰ ਕੇ ਵਿਚਾਲੇ ਹਾਲ ਹੀ ਵਿੱਚ ਤਿੱਖੀ ਬਹਿਸ ਹੋਈ ਹੈ। ਦੱਸ ਦਈਏ ਜਿਸ ਨੇ ਇੰਟਰਨੈੱਟ ਉੱਪਰ ਹਲਚਲ ਮਚਾ ਦਿੱਤੀ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਕੇ ਆਰ ਕੇ ਨੂੰ ਅਕਸਰ ਹੀ ਫਿਲਮੀ ਸਿਤਾਰਿਆਂ ਬਾਰੇ ਵਿਵਾਦੀ ਬਿਆਨ ਦਿੰਦੇ ਜਾਣਿਆ ਜਾਂਦਾ ਹੈ। ਇਸ ਵਿਚਾਲੇ ਉਹਨਾਂ ਗੁਰੂ ਰੰਧਾਵਾ ਬਾਰੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ, ਜਿਸ ਨੇ ਸੋਸ਼ਲ ਮੀਡੀਆ ਉੱਪਰ ਜੰਗ ਛੇੜ ਦਿੱਤੀ ਹੈ। ਦਰਅਸਲ ਗੁਰੂ ਰੰਧਾਵਾ ਨੇ ਆਪਣੀ ਆਉਣ ਵਾਲੀ ਫਿਲਮ ਸ਼ਾਹਕੋਟ ਦਾ ਪੋਸਟਰ ਸਾਂਝਾ ਕੀਤਾ ਸੀ। ਇਸ 'ਤੇ ਕੇ ਆਰ ਕੇ ਨੇ ਟਿੱਪਣੀ ਕਰ ਦਿੱਤੀ। ਇਸ ਉੱਪਰ ਕਮੈਂਟ ਕਰਦੇ ਹੋਏ ਕੇ ਆਰ ਕੇ ਨੇ ਗੁਰੂ ਨੂੰ 2 ਰੁਪਏ ਦਾ ਅਭਿਨੇਤਾ ਯਾਨੀ ਧੋਬੀ ਕਹਿ ਕੇ ਅਪਮਾਨਜਨਕ ਟਿੱਪਣੀ ਕੀਤੀ ਹੈ। ਦੱਸ ਦਈਏ ਇਸਨੇ ਗਾਇਕ ਗੁਰੂ ਨੂੰ ਬਹੁਤ ਠੇਸ ਪਹੁੰਚੀ ਅਤੇ ਉਹ ਤੁਰੰਤ ਉਸਨੇ ਜਵਾਬ ਦੇ ਦਿੱਤਾ। ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਨੇ ਹਾਲ ਹੀ ਵਿੱਚ ਪੋਸਟ ਕੀਤਾ ਕਿ ਕਮਾਲ ਆਰ ਖਾਨ ਨੂੰ ਇਸ ਨਾਲ ਜ਼ਬਰਦਸਤ ਜਵਾਬ ਵੀ ਜਿਹੜਾ ਉਹ ਦੇ ਦਿੱਤਾ। ਦੱਸਦੀ ਫਿਲਮ 'ਚ ਈਸ਼ਾ ਤਲਵਾਰ ਅਤੇ ਰਾਜ ਬੱਬਰ ਵੀ ਨੇ ਅਤੇ ਨਾਲ ਹੀ ਪੋਸਟਰ ਉੱਪਰ ਕਮੈਂਟ ਕਰਦੇ ਹੋਏ ਕੇ ਆਰ ਕੇ ਨੇ ਲਿਖਿਆ ਕਿ 6 ਦਿਨ 7 ਦਿਨ ਕਰਦਾ ਰਹਿੰਦਾ ਹੈ ਜਾਂ ਹਵਾ ਆਉਣ 'ਤੇ ਤੂੰ ਐਕਟਰ ਕੱਟ ਤੋਂ ਵੀ ਜ਼ਿਆਦਾ ਲੱਗਦਾ ਹੈ। ਉਹ ਆਪਣੀ ਪੋਸਟ ਵਿੱਚ ਗੁਰੂ ਨੂੰ ਨਾਲੇ ਟੈਗ ਵੀ ਕੀਤਾ। ਇਸ ਦੇ ਨਾਲ ਹੀ ਗਾਇਕ ਨੇ ਜਵਾਬ ਦਿੰਦੇ ਹੋਏ ਕਿਹਾ, ਭਾਈ ਤੁਸੀਂ ਮੇਰੇ ਤੋਂ ਵੱਡੇ ਹੋ ਪਰ ਮੈਂ ਤੁਹਾਡੇ ਤੋਂ ਬਿਲਕੁਲ ਵੀ ਪ੍ਰੇਰਿਤ ਨਹੀਂ ਹਾਂ। ਪਹਿਲਾਂ ਫਿਲਮ ਦੇਖੋ ਫਿਰ ਹੀ ਪਤਾ ਚੱਲੇਗਾ ਕਿ ਧੋਬੀ ਹੈ ਜਾਂ ਕੀ। ਤੁਹਾਡਾ ਟਵੀਟ 2 ਰੁਪਏ ਦਾ ਸੀ। ਇਸ ਤੋਂ ਬਾਅਦ ਉਹਨਾਂ ਦਾ ਵਿਵਾਦ ਰੁਕਿਆ ਨਹੀਂ, ਸਗੋਂ ਦੋਵਾਂ ਇੱਕ ਦੂਜੇ ਦੀਆਂ ਪੋਸਟਾਂ ਨੂੰ ਨਜ਼ਰਅੰਦਾਜ਼ ਕਰਨ ਦੇ ਮੂਡ ਵਿੱਚ ਨਹੀਂ ਸੀ। ਇਸ ਤੋਂ ਬਾਅਦ ਕੇ ਆਰ ਕੇ ਨੇ ਲਿਖਿਆ, ਓਏ ਕੇ ਆਰ ਕੇ ਦੁਨੀਆ ਦੇ 1 ਆਲੋਚਕ ਹੈ, ਕੇ ਆਰ ਕੇ ਨੂੰ ਚੁਣੌਤੀ ਨਾ ਦਿਓ, ਤੁਸੀਂ 2 ਰੁਪਏ ਐਕਟਰ। ਨਾਲ ਇਸ ਤੋਂ ਬਾਅਦ ਫਿਰ ਗੁਰੂ ਰੰਧਾਵਾ ਨੇ ਲਿਖਿਆ, ਮੈਂ ਇਸ ਤੋਂ ਬਾਅਦ ਗੁਰੂ ਨੇ ਫਿਰ ਲਿਖਿਆ, ਤੁਹਾਡੇ ਮੈਂ ਅਜੇ ਵੀ ਭਰਾ, ਤੁਹਾਡਾ ਸਾਹਮਣਾ ਨਹੀਂ ਹੋਇਆ। 2 ਰੁਪਏ ਕੌਣ ਹੈ, ਹਰ ਕੋਈ ਕੇ ਆਰ ਕੇ ਖਿਲਾਫ਼ ਕਮੈਂਟ ਕਰਦੇ ਹੋਏ ਹੁਣ ਨਜ਼ਰ ਆ ਰਹੇ ਨੇ। ਅਤੇ ਇਸ ਤੋਂ ਬਾਅਦ ਜਿਹੜਾ ਹੈ ਵਿਵਾਦ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਲੋਕ ਦੋਵੇਂ ਇੱਕ ਦੂਜੇ ਨੂੰ ਟਿੱਪਣੀ ਜਿਹੜੀ ਹੈ ਕਰ ਰਹੇ ਨੇ ਅਤੇ ਇਹਨਾਂ ਵਿੱਚ ਜਿਹੜਾ ਹੈ ਵਿਵਾਦ ਉਹ ਜਾਰੀ ਹੈ ਅਤੇ ਜਿਹੜੇ ਲੋਕ ਨੇ ਫੈਨਸ ਨੇ ਉਹ ਵੀ ਕਮੈਂਟਾਂ ਰਾਹੀਂ ਆਪਣੀ ਪ੍ਰਤੀਕਿਰਿਆ ਜਿਹੜੀਆਂ ਉਹ ਦੇ ਰਹੇ ਨੇ।